पंजाबियों ने विदेशों के जाके सख्त मेहनत के नाल अपनी पहचान बनाई है, पर विदेश तो जदों न्यू वेस्ट मिनिस्टर दे विच जो कुछ वापरिया जिहियां खबरां सामने आउंदियां तां फिर पंजाबीयत शर्मसार भी हुंदी है, लोग सोचण दे लई मजबूर भी हुंदे आ कि आखिरकार असी उत्थे जाके खट्टिया की ते गवाया की। गढ़शंकर दे पिंड रामपुर दी कुलवंत कौर दे नाल जो वापरिया उसने सब नूं झंझोड़ के रख दिता है। आखिरकार ये सारा मामला की है इस रिपोर्ट दे नाही समझदे आ। ਬੇਰਹਿਮੀ ਜ਼ਾਲਮ ਨੇ ਕਿੰਨੀ ਤੰਗ ਕੀਤੀ ਹੋਣੀ ਆ ਸਾਡੀ ਭੈਣ। ਅਸੀਂ ਕੁਛ ਨਹੀਂ ਕਹਿ ਸਕਦੇ ਵੀਰੋ, ਸਾਡੀ ਭੈਣ ਲਿਆ ਦੋ, ਸਾਡੀ ਭੈਣ ਲਿਆ ਦੋ। ਅਸੀਂ ਵਿਦੇਸ਼ 'ਚ ਲੋਕ ਜਾਂਦੇ ਤਾਂ ਆਪਣੀ ਜ਼ਿੰਦਗੀ ਬਣਾਉਣੇ, ਪਰ ਕਈ ਲੋਕ ਉੱਥੇ ਜ਼ਿੰਦਗੀ ਨੂੰ ਨਰਕ ਬਣਾ ਲੈਂਦੇ ਆ। ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆਇਆ ਕੈਨੇਡਾ ਦੇ ਨਿਊ ਵੈਸਟ ਮਿਨਿਸਟਰ ਤੋਂ, ਜਿੱਥੇ ਗੜਸ਼ੰਕਰ ਦੇ ਪਿੰਡ ਰਾਮਪੁਰ ਬਿੱਲੜੋ ਦੀ ਰਹਿਣ ਵਾਲੀ 40 ਸਾਲਾ ਕੁਲਵੰਤ ਕੌਰ ਦਾ ਕਤਲ ਕਰ ਦਿੱਤਾ ਗਿਆ। ਇਸ ਕਤਲ ਦੇ ਇਲਜ਼ਾਮ ਕਿਸੇ ਹੋਰ 'ਤੇ ਨਹੀਂ ਬਲਕਿ ਉਸਦੇ ਹੀ ਪਤੀ ਦੇ ਉੱਤੇ ਲੱਗੇ ਹੈ। ਮਹਿਲਾ ਦੇ ਪੇਕਾ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਕੁਲਵੰਤ ਕੌਰ ਦਾ 10 ਸਾਲ ਪਹਿਲਾਂ ਬਲਵੀਰ ਸਿੰਘ ਪਿੰਡ ਧਾਲੀਵਾਲ ਕਪੂਰਥਲਾ ਦੇ ਨਾਲ ਵਿਆਹ ਹੋਇਆ ਸੀ। ਬਲਵੀਰ ਸਿੰਘ 4 ਸਾਲ ਪਹਿਲਾਂ ਆਪਣੀ ਪਤਨੀ ਕੁਲਵੰਤ ਕੌਰ ਅਤੇ ਬੇਟੇ ਨੂੰ ਕੈਨੇਡਾ ਲੈ ਕੇ ਗਿਆ, ਜਿੱਥੇ ਉਹਨਾਂ ਦਾ ਆਪਸ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਰਹਿਣ ਲੱਗ ਪਿਆ। ਕੁਲਵੰਤ ਕੌਰ ਦੀ ਮੌਤ ਬਾਰੇ ਪਰਿਵਾਰ ਨੂੰ ਕਿਵੇਂ ਪਤਾ ਲੱਗਿਆ ਉਹਨਾਂ ਦੀ ਜ਼ੁਬਾਨੀ ਸੁਣਦੇ ਆ। 10 ਸਾਲ ਉਹਦੇ ਬੇਟੀ ਦੇ ਵਿਆਹ ਨੂੰ ਹੋ ਗਏ ਆ, 10 ਸਾਲ ਤੋਂ ਬਾਅਦ ਹੁਣ 4 ਸਾਲ ਉੱਥੇ ਰਹੀ ਆ ਉਹਦੇ ਕੋਲ ਕੈਨੇਡਾ ਦੇ ਵਿੱਚ, 4 ਸਾਲ ਤੋਂ ਬਾਅਦ ਉਸਦਾ ਮਾਡਲ ਹੋ ਗਿਆ। ਸਾਨੂੰ ਨਹੀਂ ਪਤਾ ਇਹ ਕਿਹੜੀ ਭਾਵੀ ਔਰ ਸਾਨੂੰ ਇਨਸਾਫ ਮਿਲਣਾ ਚਾਹੀਦਾ ਵੀ ਉਹਨੇ ਕੀ ਕੀਤਾ ਆ, ਕਿਉਂ ਕੀਤਾ ਉਸਦਾ ਕਤਲ ਇਤਨੀ ਬੇਰਹਿਮੀ ਦੇ ਨਾਲ। ਛੋਟਾ ਜਿਹਾ ਬੱਚਾ ਲਾਵਾਰਸ ਹੋ ਚੁੱਕਾ ਅਤੇ ਉਸ ਬੱਚੇ ਦੇ ਵਾਸਤੇ ਵੀ ਮੈਂ ਉਹਨੂੰ ਦੇਖਣਾ ਚਾਹੁੰਦੀ ਹਾਂ। ਸਾਨੂੰ ਪਤਾ ਚੱਲਿਆ ਵੀ ਸਾਨੂੰ ਪੁਲਿਸ ਦੀ ਕੌਲ ਆਈ ਸੀ, ਸਾਨੂੰ ਪੁਲਿਸ ਦੀ ਕੌਲ ਆਈ ਵੀ ਤੁਹਾਡੀ ਬੇਟੀ ਦਾ ਕਤਲ ਹੋ ਚੁੱਕਿਆ ਆ, ਵੀ ਤੁਹਾਡੀ ਬੇਟੀ ਮਰ ਚੁੱਕੀ ਆ, ਤਾਂ ਵੀ ਤੁਸੀਂ ਮਿਲਣਾ ਚਾਹੁੰਦੇ ਹਾਂ ਆਪਣੀ ਬੇਟੀ ਨੂੰ, ਅਸੀਂ ਕਿ ਅਸੀਂ ਮਿਲਣਾ ਚਾਹੁੰਦੇ ਹਾਂ। ਉਹਨੇ ਜਿਸ ਵੇਲੇ ਉਸ ਮਾਂ ਨੇ ਮੈਨੂੰ ਦੱਸਿਆ, ਮੈਂ ਉਸ ਪੁੱਤ ਨੂੰ ਪੁੱਛਿਆ, ਭੈਣ ਕਹਿੰਦਾ ਹੌਸਲਾ ਰੱਖ, ਸਾਡੀ ਭੈਣ ਦਾ ਕਤਲ ਕੀਤਾ ਗਿਆ ਬੇਰਹਿਮੀ ਨਾਲ। ਮੈਂ ਕਿਹਾ ਪੁੱਤ ਉਹ ਕਹਿੰਦੇ ਆ ਇੱਦਾਂ ਡਿੱਗੀ ਆ, ਕਹਿੰਦਾ ਡਿੱਗੀ ਨਹੀਂ ਹੈਗੀ, ਉਹਦਾ ਤੇਜ਼ ਧਾਰ ਨਾਲ ਕਤਲ ਕਰ ਦਿੱਤਾ। ਮੈਨੂੰ ਉਸ ਵੇਲੇ ਕਿਤਾ ਨਹੀਂ ਲੱਗਾ, ਉਹਦੇ ਪਤੀ ਨੇ ਕੀਤਾ, ਉਹਦੇ ਹਸਬੈਂਡ ਨੇ ਕਰ ਦਿੱਤਾ। ਬਲਵੀਰ ਸਿੰਘ ਸੀਗਾ ਭੈਣ ਦਾ, ਕੁਲਵਿੰਦਰ ਕੌਰ ਆ, ਉਸਦੇ ਬੇਟੇ ਦਾ ਨਾਮ ਤਹਿਜੋਗ ਸਿੰਘ ਆ। ਜਿਹੜਾ ਉਹਦਾ ਕਤਲ ਹੋਇਆ ਬਹੁਤ ਬੇਰਹਿਮੀ ਨਾਲ ਹੋਇਆ, ਉਹ ਪਤਾ ਲੱਗਾ ਵੀ ਭੱਜ ਕੇ ਕੁੜੀ ਪੌੜੀਆਂ ਚੜ੍ਹੀ ਆ, ਉੱਤੋਂ ਖਿੱਚ ਲਈ ਆ, ਛੁਰੇ ਮਾਰੇ ਗਏ ਆ, ਉਹਨੂੰ ਥੱਲੇ ਸੁੱਟ ਦਿੱਤਾ ਗਿਆ। ਉਹਨਾਂ ਦੇ ਗੁਆਂਢੀ ਨੇ ਤੁਰੰਤ ਪੁਲਿਸ ਨੂੰ ਦੱਸਿਆ ਆ, ਤਾਂ ਜੋ ਪੁਲਿਸ ਤੁਰੰਤ ਪੁੱਜੀ ਆ, ਉਹਨੂੰ ਗ੍ਰਿਫਤਾਰ ਕਰ ਲਿਆ ਗਿਆ। ਪਰ ਇਹਨਾਂ ਮਾਂ ਬਾਪ ਨੂੰ ਉਹਨਾਂ ਦੀ ਲਾਸ਼ ਹੀ ਮਿਲਣੀ ਆ, ਇਨਸਾਫ ਦੀ ਬਹੁਤ ਘੱਟ ਆਸ ਆ, ਬਹੁਤ ਦੂਰ ਬੈਠੇ ਆ। ਕੈਨੇਡਾ ਦੀ ਧਰਤੀ 'ਤੇ ਘਰੇਲੂ ਹਿੰਸਾ ਤੋਂ ਬਾਅਦ ਕਤਲ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ, ਇਸ ਤੋਂ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਹੈ। ਅਜਿਹੇ ਦੇ ਵਿੱਚ ਇਹ ਸੋਚਣ ਦੀ ਲੋੜ ਹੈ ਕਿ ਜਿਸ ਭਵਿੱਖ ਦੀ ਆਸ ਵਿੱਚ ਅਸੀਂ ਵਿਦੇਸ਼ਾਂ ਦੇ ਵਿੱਚ ਜਾ ਕੇ ਸਖਤ ਮਿਹਨਤਾਂ ਕਰ ਰਹੇ ਹਾਂ, ਕਿ ਉਸ ਥਾਂ 'ਤੇ ਅਜਿਹੀ ਹਿੰਸਾ ਦੀ ਕੋਈ ਥਾਂ ਹੈ। ਸਿਰਫ ਪੰਜਾਬੀਅਤ ਲਈ ਹੀ ਨਹੀਂ, ਇਨਸਾਨੀਅਤ ਲਈ ਵੀ ਇਹ ਵਿਸ਼ਾ ਗੰਭੀਰਤਾ ਦੇ ਨਾਲ ਵਿਚਾਰਨ ਦੀ ਲੋੜ ਹੈ। ਕਿਉਂਕਿ ਇੱਕ ਪਾਸੇ ਹੁਣ ਜਿੱਥੇ ਕੁਲਵੰਤ ਕੌਰ ਦਾ ਕਤਲ ਕਰ ਦਿੱਤਾ ਗਿਆ, ਤਾਂ ਉੱਥੇ ਹੀ ਬਲਵੀਰ ਸਿੰਘ ਹੁਣ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਆਪਣੀ ਜ਼ਿੰਦਗੀ ਬਿਤਾਏਗਾ। ਯਾਨੀ ਕਿ ਹੱਸਦਾ ਵੱਸਦਾ ਪਰਿਵਾਰ ਇੱਕੋ ਹੀ ਝਟਕੇ ਦੇ ਵਿੱਚ ਉੱਜੜ ਗਿਆ। ਹੁਸ਼ਿਆਰਪੁਰ ਤੋਂ ਕਾਰਤਿਕ ਭਟੋਇਆ ਦੀ ਰਿਪੋਰਟ, ਡੇਲੀ ਪੋਸਟ ਪੰਜਾਬ, ਹਰਿਆਣਾ, ਹਿਮਾਚਲ।